अस्सलाम वालेकुम मेरे प्यारे दोस्तों, की हाल चाल है तुहाडा। उम्मीद करदा तुसीं सारे खैरियत नाल होवोगे। तो मैं अज कोट शोट पाया होया, अज ठंड भी आ, तो ठंड के नाल नाल मैं गया सी एक शादी ते, शादी तो मैं हुणे फारग हो के आया वा। तो मैं कहा चलो अज दा व्लॉग शुरू कर लीए। देखो यार अज दा बारिश हुई आ, तो तुहानू मैं माहौल चल के विखाउणा जानवरां दे विच किहो जिहा हाल बणिया होया। गारा होऊगा शायद, हो सकदा जी। मैं अपने डेरे ते कोल चला हूँ जी, तुहानू दिखाउणा मेरी वीडियो। यार पूरा देखा करो, लाइक करो, सबसक्राइब करो चैनल नूं। ते आ दरवाज़ा खोलिया मैं, ओहो दरवाज़ा ते अंदरों लगा होया। हुण देखो खोलदे आ, बड़ी मुश्किल नाल यार दरवाज़ा खोलिया। दरवाज़ा लाया होया सी इहदे विच ताकि हवा बड़ी चलदी सीगी ते जानवर बाहर निकलदे सीगे, इस लई दरवाज़ा इत्थे। हुण मैं इस तरह कर दिंदा, मैं अंदर दाखिल हो गया, जो देखा अगे सामने खोता बनिया सी ते सारा हवेली दे विच चीकड़ ही चीकड़। ते बारिश होई सी इस वजह तों, ते जानवर पट्ठे खा रहे सीगे, ते कुछ जानवर आसे पासे देख रहे सी। आ जानवर दी खुरली भी खाली हो गई, ते ओह कुछ देखो जी बच बच के तिलकन बड़ी होई पई आ। अज दा माहौल बहुत खराब होया पिया, जानवर सारे चारा खा रहे आ, कुछ जानवर देख रहे आ। माशाला जी आ कट्टा जी, आ साडा कट्टा आ, आ भी कट्टा जी, वह भी कट्टा, वह भी कट्टा। ये असी सारे कट्टे रखे बाणी ते असी ये वेचांगे, सानू इहदा दुगना फायदा होएगा। कट्टियां दा तुसीं भी जो कम करना चाहते तो कर सकते जी, बड़ा वी आई पी काम। तुहानू होर भी शुगर दिखाउने आ जी। देखो जी अगर बारिश हो रही है, तो इन्हें आप जी बारिश ट्यूबवैल चलाता जी नवा ही। माशाला जी माशाला। हुण मैं डेरे दे विच मौजूद हाँ जी, आ कट्टी आ बड़ी प्यारी माशाला। तो आ बच्चे को आके पुछदा जी किहो जिहा लगता पिया तैनू इत्थे आ के, इहदे कोलों इंटरव्यू लैंदे आ बच्चे का। हाँ जी जी, की लगता तैनू डेरे दे विच सफाई सफूई दे बारे च जां बारिश दे बारे च? ਬਾਰਿਸ਼ ਦੇ ਬਾਰੇ ਤੇ ਕੁਝ ਨਹੀਂ, ਚਿੱਕੜ ਮਾਲ ਥਲੇ ਬੋ ਕਰ ਗਈ ਬਾਰਿਸ਼, ਐਡਾ ਤਾਂ ਨਹੀਂ ਕੀਤਾ ਤੇ ਥੋੜਾ ਬੋਤਾ ਕਰ ਗਈ। ਮਾਸ਼ਾਅੱਲਾ ਜੀ, ਕਹਿ ਰਿਹਾ ਜੀ ਇੱਥੇ ਚਿੱਕੜ ਬਹੁਤ ਹੋਇਆ ਵਾ, ਤੇ ਬਾਰਿਸ਼ ਜਿਹੜੀ ਆ ਨਾ ਅੱਲਾ ਕਰੇ ਥੋੜੀ ਹੋਈ ਸੀਗੀ, ਚੰਗਲ ਚਲੋ ਫਾਇਦਾ ਹੋ ਗਿਆ, ਇੰਨੀ ਕੀ ਹੋਈ ਹੈ ਸਾਨੂੰ ਇਹੀ ਬਹੁਤ। ਚਲੋ ਜੀ ਕੱਟਾ ਬਹਿ ਗਿਆ, ਚਲੋ ਇੰਨਾ ਹੀ ਬਹੁਤ ਆ ਸਾਡੇ ਲਈ, ਕੱਟਾ ਜਿਹੜਾ ਬਹਿ ਗਿਆ ਆ। ਇਸ ਤੋਂ ਜ਼ਿਆਦਾ ਅਗਰ ਹੋ ਜਾਂਦੀ ਤੇ ਸਾਨੂੰ ਪੱਠੇ ਪਾਉਣ ਦੀ ਨਾ ਮੁਸੀਬਤ ਬਣ ਜਾਣੀ ਸੀਗੀ ਜੀ। ਆਹ ਬੱਕਰੀ ਸੂਈ ਸੀਗੀ ਵਿਚਾਰੀ, ਆ ਇਹਦੇ ਦੋ ਛਲਿਆਰੂ ਮਰ ਗਏ ਆ, ਤੇ ਬੜਾ ਕੰਮ ਖਰਾਬ ਹੋਇਆ ਜੀ। ਬਾਕੀ ਤੇ ਅੱਲਾ ਖੈਰ ਰੱਖੇ ਬਚ ਗਏ ਸੀਗੇ। ਤੇ ਆਹ ਸਾਡੀ ਵੱਛੀ ਉਹ ਖੜੀ ਆ ਇੱਕ, ਉਹ ਵੇਖ ਇੱਧਰ ਦੇਖੋ ਜੀ, ਤੁਹਾਨੂੰ ਦਿਖਾਈਏ ਆਹ ਵੱਛੀ ਆ। ਇਹ ਵੱਛੀ ਬਹੁਤ ਸ਼ੈਤਾਨ ਆ ਜੀ, ਆਹ ਵੱਛੀ ਜਿਹੜੀ ਆ, ਆ ਇਹ ਬਾਰਿਸ਼ ਦਾ ਕਰਕੇ ਅੰਦਰ। ਆ ਦੇਖੋ ਜੀ ਕੱਟੇ ਆਪਸ 'ਚ ਭਿੜ ਰਹੇ ਆ, ਮੈਂ ਇਹਨਾਂ ਨੂੰ ਛਡਵਾਉਂਦਾ ਜਾਂ। ਦੇਖੋ ਜੀ ਕੱਟਿਆਂ ਦਾ ਅੱਜ ਕਮਾਲ, ਇਹ ਆਪਸ 'ਚ ਬੜੇ ਭਿੜੀ ਜਾ ਰਹੇ ਆ। ਓਏ ਹਟ ਜਾ ਹਟ, ਚਲੋ ਸਰਦੀ ਦੇ ਵਿੱਚ ਯਾਰ ਕੱਟੇ ਭਿੜਦੇ ਆ, ਕੱਟੇ ਚੱਲ ਪਰ ਹਾਂ, ਕੱਟੇ ਆਪਸ 'ਚ ਯਾਰ ਭਿੜਦੇ ਪਏ ਸੀਗੇ। ਮੈਂ ਕਹਿੰਦਾ ਛੁਡਾ ਦੀਏ ਕਿਤੇ, ਇੱਕ ਦੂਸਰੇ ਨੂੰ ਨੁਕਸਾਨ ਨਾ ਕਰ ਦੇਣ, ਇਸ ਲਈ ਮੈਂ ਇਹਨਾਂ ਨੂੰ ਛੁਡਵਾ ਦਿੱਤਾ ਜੀ। ਮਾਸ਼ਾਅੱਲਾ ਜੀ ਆਹ ਅਸੀਂ ਕੱਟਾ ਰੱਖੇ ਆ, ਕੱਟਾ ਆ, ਆਹ ਵੀ ਸਾਡਾ ਕੱਟਾ ਵਾ, ਤਿੰਨ ਚਾਰ ਕੱਟੇ ਸਾਡੇ ਉੱਧਰ ਖੜੇ ਆ, ਇਹ ਅਸੀਂ ਰੱਖੇ ਹੋਏ ਇਸ ਵਾਸਤੇ ਕਿ ਇਹ ਜੀ ਵੇਚਾਂਗੇ ਇਹਨੂੰ, ਅਤੇ ਦੁੱਗਣੀ ਕੀਮਤ ਦੇ ਹੋ ਜਾਣਗੇ। ਅਗਰ ਤੁਸੀਂ ਵੀ ਇਹ ਕਾਰੋਬਾਰ ਕਰਨਾ ਚਾਹੁੰਦੇ, ਇਹ ਕਾਰੋਬਾਰ 'ਚ ਬੜਾ ਫਾਇਦਾ ਆ, ਕੱਟੇ ਰੱਖੋ ਹਜ਼ਾਰ ਦੇ ਅੱਜ ਤੋਂ ਕਾਫੀ ਦਿਨ ਪਹਿਲਾਂ, ਅਤੇ ਹੁਣ ਮਾਸ਼ਾਅੱਲਾ ਜੀ ਲੱਖ ਧੂਕੇ ਦਾ ਹੋਇਆ ਪਿਆ ਜੀ ਜਾਨਵਰ। ਇਸ ਲਈ ਅਗਰ ਤੁਸੀਂ ਕੱਟੇ ਰੱਖਣਾ ਚਾਹੁੰਦੇ ਜੇ, ਇੱਕ ਜਿਹਨਾਂ ਕੱਟੇ ਰੱਖਣ ਦਾ ਸ਼ੌਂਕ ਆ, ਉਹ ਰੱਖ ਕੇ ਪਾਲਣ ਅਤੇ ਸਾਲ ਬਾਅਦ ਵੇਚਣ ਅਤੇ ਦੁੱਗਣੀ ਕਮਾਈ ਆ, ਬਹੁਤ ਜ਼ਿਆਦਾ ਇਹ ਹੋ ਸਕਦੀ ਆ। ਦੇਖੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ, ਜਾਨਵਰ ਬਹੁਤ ਪਿਆਰੇ ਲੱਗ ਰਹੇ ਪਏ ਆ, ਅਤੇ ਮੈਂ ਹੁਣ ਜਾ ਰਿਹਾ ਜੀ ਇੱਧਰ ਤੁਹਾਨੂੰ ਦਿਖਾਉਣਾ ਅੱਗੇ। ਉਹ ਜੀ ਬਾਰਿਸ਼ ਹੋਈ ਤਾਂ ਮੰਜੀ ਅਸੀਂ ਇੱਧਰ ਅੰਦਰ ਕਰ ਦਿੱਤੀ ਉੱਧਰ, ਅਤੇ ਆਹ ਮਾਸ਼ਾਅੱਲਾ ਜੀ ਸਾਡਾ ਕੁਰਬਾਨੀ ਵਾਸਤੇ ਜਾਨਵਰ ਆ। ਆਹ ਅੱਗੇ ਅਸੀਂ ਫੱਟਾ ਜਿਹੜਾ ਏ ਸੀ ਲਾਇਆ, ਆਹ ਜਿਹੜਾ ਇੱਥੇ ਆਹ ਦਰਵਾਜ਼ੇ ਸਾਡੀ ਦੀਵਾਰ ਜਿਹੜੀ ਉਹ ਜਾਨਵਰ ਡੇਗ ਦਿੰਦੇ ਸੀਗੇ, ਅਤੇ ਇਸ ਲਈ ਅਸੀਂ ਆਹ ਲੱਕੜ ਲਾ ਦਿੱਤੀ। ਆਹ ਜੀ ਸਾਡਾ ਲੱਕੜ ਦਾ ਦਰਵਾਜ਼ਾ ਦੇਖੋ, ਇੱਦਾਂ ਚੁੱਕੀ ਦਾ ਇਹਨੂੰ ਸਾਈਡ 'ਤੇ ਕਰਕੇ ਗੁਜ਼ਰ ਜਾਈਦਾ ਜਾਨਵਰ ਜਿਹੜੇ ਆ, ਫਿਰ ਅੱਗੇ ਕਰ ਦੇਈਦਾ। ਉਸ ਤੋਂ ਬਾਅਦ ਮਾਸ਼ਾਅੱਲਾ ਜੀ ਆਹ ਬੱਕਰਾ ਅਸੀਂ ਲਿਆ ਕੁਰਬਾਨੀ ਵਾਸਤੇ, ਆਹ ਜਿਹੜਾ ਕੁਰਬਾਨੀ 'ਤੇ ਕਰਾਂਗੇ ਸਾਡੇ ਨਾਲ। ਯਾਰ ਪੂਰੀ ਵੀਡੀਓ ਦੇਖਿਆ ਕਰੋ, ਤੁਸੀਂ ਅੱਧ 'ਚ ਵੀਡੀਓ ਛੱਡ ਦਿੰਦੇ, ਯਾਰ ਤੁਹਾਡੇ ਵਾਸਤੇ ਅਸੀਂ ਵੀਡੀਓ ਬਣਾਈ ਦੀ ਆ ਬੜੇ ਸ਼ੌਂਕ ਦੇ ਨਾਲ, ਤੁਸੀਂ ਸਾਡੀ ਵੀਡੀਓ ਦੇਖ ਲਿਆ ਕਰੋ। ਮੈਂ ਸ਼ਾਦੀ 'ਤੇ ਦਰਅਸਲ ਗਿਆ ਸੀ, ਇਸ ਵਜ੍ਹਾ ਤੋਂ ਮੈਂ ਆਹ ਕੱਪੜੇ ਜਿਹੜੇ ਆਹ ਪਾਏ ਸੀਗੇ, ਅਤੇ ਆਹ ਕੋਟ ਸੋਟ, ਬਾਰਿਸ਼ ਹੋ ਗਈ ਉੱਥੇ ਜਾ ਕੇ ਬੜੀ ਬਾਰਿਸ਼ ਹੋਈ, ਅਤੇ ਇੰਨਾ ਸ਼ੁਕਰ ਆ ਬਾਅਦ 'ਚ ਜਗ੍ਹਾ ਲੱਭ ਗਈ ਖਾਣ ਪੀਣ ਨੂੰ, ਅਸੀਂ ਖਾ ਪੀ ਕੇ ਆ ਗਏ। ਮੈਂ ਕਿਹਾ ਚਲੋ ਅੱਜ ਵੀਡੀਓ ਬਣਾ ਲਈਏ, ਅਤੇ ਹੁਣ ਮੈਂ ਵੀਡੀਓ ਬਣਾ ਲਈ, ਅੱਲਾ ਖੈਰ ਰੱਖੇ। ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਕਰੋ, ਤੁਹਾਨੂੰ ਮਜ਼ੀਦ ਐਸੀ ਅਪਡੇਟ ਅਸੀਂ ਦਿੰਦੇ ਰਿਹਾ ਕਰਾਂਗੇ, ਸਾਡੇ ਨਾਲ ਰਿਹਾ ਕਰੋ। ਅਤੇ ਮਾਸ਼ਾਅੱਲਾ ਜੀ ਅੱਜ ਦੀ ਵੀਡੀਓ ਦਾ ਅਸੀਂ ਇੱਥੇ ਹੀ ਐਂਡ ਕਰਦੇ ਹਾਂ। ਸਾਡੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਸ਼ੁਕਰੀਆ।